14 अगस्त 1947। ਤੁਹਾਡੀ ਉਮਰ ਤੋਂ ਹੈ ਕਿ ਸੀ 13 14 ਸਾਲ। ਹਾਂ ਵੰਸ ਜੀ ਨਹੀਂ ਬਸ ਯਾਨੀ ਕਿ 13 14 ਸਾਲ ਦਾ ਸੀ। ਅੱਛਾ ਤੇ ਕੀ ਵੇਖਿਆ ਤੁਸੀਂ ਉਦੋਂ, ਕਿੱਦਾਂ ਕੀਤਾ ਗੁਜ਼ਰ ਬਸਰ ਜਦੋਂ ਉਧਰੋਂ ਮੁਸਲਮਾਨ ਭਾਈ ਆਏ ਸੀ ਇੰਡੀਆ ਵੱਲੋਂ ਆਪਣੇ? ਗੁਜ਼ਰ ਬਸਰ ਸਹੀ ਸੀ, ਕੋਈ ਆਟੇ ਦੀ ਬਹੁਤੀ ਕਮੀ ਸੀਗੀ ਅਤੇ ਚਾਵਲ ਜਿਹੜੇ ਸੀ ਨਾ ਇਹੀ ਨਾਲ ਥੋੜ੍ਹੇ ਥੋੜ੍ਹੇ ਬੰਨੇ ਹੁੰਦੇ ਹਨ ਅਤੇ ਉਹਨੇ ਕੁ ਲੈ ਕੇ ਤੁਰ ਪਏ ਹਨ, ਜਿੱਥੇ ਮਰਜ਼ੀ ਉਬਾਲ ਲੈਂਦੇ ਇਹ ਅਤੇ ਖਾ ਸਕਦੇ ਹਨ। ਘਰ ਬਾਰ ਅੱਗੋਂ ਹੈ ਨਹੀਂ ਸੀਗੇ ਅਤੇ ਜਿਹੜੇ ਇਹਨਾਂ ਦੇ ਘਰ ਵਿਹਲੇ ਹੋਈ ਗਏ ਉਹ ਆਪਣੀ ਆਪ ਹੀ ਮੱਲ ਮਾਰ ਕੇ ਨਾ ਉਹ ਬਹਿੰਦੇ ਗਏ। ਇੱਦਾਂ ਹੀ ਜਿਵੇਂ ਹੁਣ ਇਲਾਕੇ ਵਿੱਚ ਬੰਦੇ ਅਮੀਰ ਅਤੇ ਗਰੀਬ ਹੈ ਨਾ, ਇੱਦਾਂ ਹੀ ਜਿਹੜੇ ਮਾੜੇ ਹਨ ਉਹ ਮਾੜੇ ਘਰ ਲੱਭ ਗਏ ਉਹਨਾਂ ਨੂੰ, ਜਿਹੜੇ ਤਗੜੇ ਹਨ ਉਹ ਤਗੜਿਆਂ ਘਰਾਂ ਨੂੰ ਵੜ ਗਏ। ਉਹੀ ਜ਼ਿਆਦਾ ਤਾਂ ਹੁਣ ਲੈ ਕੇ ਲੋਕ ਤੇ ਦੰਗੇ ਫਸਾਦ ਹੋਏ ਸੀ। ਹੈਂ ਦੰਗੇ ਫਸਾਦ ਕਿੰਨੇ ਕੁ ਹੋਏ ਸੀ ਇੱਥੇ ਗੋਜਰੇ ਜੇ ਆ ਫੈਸਲਾਬਾਦ? ਨਹੀਂ ਫੈਸਲਾਬਾਦ ਦਾ ਤਾਂ ਪਤਾ ਨਹੀਂ, ਮਤਲਬ ਕਿ ਇੱਥੇ ਇਹ ਸੀ ਵੀ ਇਹੋ ਹੀ ਗੋਜਰੇ ਵਿੱਚ ਲੜਾਈ ਪੜ੍ਹਾਈ ਇਹੀ ਹੋਈ ਸੀਗੀ ਵੀ ਜਦੋਂ ਇਹਨਾਂ ਨੂੰ ਆਪਣਾ ਗੰਡਾ ਸਿੰਘ ਲੁਕੇ ਹਨ ਨਾ ਜਾ ਕੇ, ਹਾਂਜੀ ਉੱਥੋਂ ਇਹਨਾਂ ਦੇ ਮਗਰ ਬੰਦੇ ਗਏ ਹਨ ਅਤੇ ਇਹ ਨਿਕਲ ਗਏ ਹਨ ਉੱਥੋਂ। ਲੜਾਈ ਪੜ੍ਹਾਈ ਉਦੋਂ ਹੋਣੀ ਸੀਗੀ ਜੇ ਫੜੇ ਜਾਂਦੇ ਵਿੱਚੋਂ, ਉਦੋਂ ਨਿਕਲਦੇ ਗਏ ਹਨ। ਯਾਨੀ ਕਿ ਕੁਰਬਾਨੀਆਂ ਵਾਹਵਾ ਦਿੱਤੀਆਂ ਮੁਸਲਮਾਨਾਂ ਨੇ। ਬਸ ਕੋਈ ਹੋਰ ਕੋਈ ਉਸ ਦੌਰ ਦੀ ਕਹਾਣੀ ਤੁਹਾਨੂੰ ਯਾਦ ਹੋਵੇ? ਉਸ ਤਰ੍ਹਾਂ ਵੀ ਕਤਲੇਆਮ ਨਹੀਂ ਮਤਲਬ ਕੋਈ ਐਸਾ ਟੈਨਸ਼ਨ ਵੀ ਜਿਵੇਂ ਹੁਣ ਜਰਾ ਗੱਲ ਹੋਵੇ ਤਾਂ ਕੱਢ ਪਸਤੌਲ ਲੈਂਦੇ ਨੇ, ਅਗਲੇ ਉਦੋਂ ਇੱਦਾਂ ਨਹੀਂ ਸੀਗਾ, ਉਦੋਂ ਲੜਾਈ ਝਗੜਾ ਸੀ ਸੋਟੇ ਡਾਮ ਨੇ ਬਸ, ਜਿਹੜਾ ਮੰਨ ਗਿਆ ਠੀਕ ਆ ਨਹੀਂ ਤਾਂ ਫਿਰ ਸੋਟਾ ਚੱਲ ਪੈਣਾ। ਸਹੀ ਹੋ ਗਿਆ, ਆੜੀਆਂ ਮਾਰਤਾ ਲੋਕ ਮਰ ਕੇ ਬੈਠੇ ਆ ਨਾ, ਆ ਵੱਡੇ ਵੱਡੇ ਘਰ ਪੁਰਾਣੇ ਅਤੇ ਲਾਡ ਉਦੋਂ ਕਰਾਏ ਤੇ ਥੋੜ੍ਹੇ ਥੋੜ੍ਹੇ ਪੈਸਾ ਨਹੀਂ ਕਰਾਏ ਆ, ਤਗੜਿਆਂ ਨੂੰ ਤਗੜੀ ਬਿਲਡਿੰਗ ਮਿਲ ਗਈ ਆ ਹਾਥੇ ਮਿਲ ਗਈ ਉਹ, ਅਤੇ ਮਾੜਿਆ ਘਰਾਂ ਨੂੰ ਜਾ ਕੇ ਮਾਰੇ ਆ ਗਈਆਂ ਤੰਗ ਗਲੀਆਂ ਨਾ ਦੋਵੇਂ ਹੀ ਮਹਿੰਦੀ ਮਲੇ ਦੀਆਂ, ਇਹ ਕੁਆਟਰ ਸਾਨੂੰ ਮਾੜਿਆ ਬੰਦਿਆਂ ਨੂੰ ਮਿਲੇ ਆ, ਅਤੇ ਵੱਡੇ ਜਿਹੜੇ ਜਗੀਰਦਾਰ ਸਨ ਨਾ ਹਿੰਦੂ ਉਹਨਾਂ ਦੀਆਂ ਵੱਡੀਆਂ ਗਲੀਆਂ ਸਨ, ਉਹਨਾਂ ਕੋਲ ਘਰ ਵੱਡੇ ਵੱਡੇ ਸਨ। ਉਹ ਹਿੰਦੂ ਛੱਡ ਛਡਾ ਕੇ ਚਲੇ ਗਏ, ਉਹਨਾਂ ਦੇ ਜਗ੍ਹਾ 'ਤੇ ਕਬਜ਼ਾ ਕਿੰਨੇ ਕੀਤਾ ਫਿਰ? ਆ ਬਸ ਆਹ ਕਬਜ਼ਾ ਇਸ ਤਰ੍ਹਾਂ ਹੋ ਗਿਆ ਜਾਂ ਤੇਰੇ ਹੱਥ ਚੜਿਆ ਤੂੰ ਸਾਂਭ ਲਏਗੀ, ਉਹਦੇ ਹੱਥ ਚੜਿਆ ਉਹਦੀ ਸਾਂਭ ਲਏਗੀ, ਉਹ ਬਹਿਣ ਦੀ ਕੀਤੀ ਸਿਰ ਲੁਕਾਉਣ ਦੀ ਕੀਤੀ ਸਿਰ ਲੁਕਾ ਕੇ ਬਹਿ ਰਹੇ ਸੀ, ਮੁੜ ਕੇ ਰਾੜ ਕਰਾਉਂਦੇ ਰਹੇ ਹੌਲੀ ਹੌਲੀ, ਉਦੋਂ ਥੋੜ੍ਹਾ ਪੈਸਾ ਵੀ ਮਕਾਨ ਲਈ ਜਾਂਦੇ ਸੀ ਲੋਕ, ਕਾਗਜ਼ ਬਣਾ ਕੇ ਦੇ ਜਾਂਦੇ ਜਿਵੇਂ ਹੁਣ ਜਾਂ ਅਸੀਂ ਕਹਿ ਦਾ। ਅਤੇ ਆਪਣੇ ਜਿਹੜੇ ਸਿੱਖ ਭਰਾ ਸੀ ਉਹਨਾਂ ਨਾਲ ਤੁਹਾਡੀ ਯਾਰੀ ਦੋਸਤੀ ਹੁੰਦੀ ਸੀ ਉਦੋਂ? ਬੱਚੇ ਦੀ ਯਾਰੀ ਦੋਸਤੀ ਕਾਹਦੀ ਹੋਣੀ, ਮੇਰੇ ਪਿਓ ਦੀ ਹੈ ਸੀ, ਉਹਦੀ ਇਹ ਦੁਕਾਨ 'ਤੇ ਆਉਂਦੇ ਜਾਂਦੇ ਸਨ ਬਹਿੰਦੇ ਸਨ। ਚੰਗੇ ਹੁੰਦੇ ਸੀ ਕਿ? ਚੰਗੇ ਹੁੰਦੇ ਹਨ ਹਾਂ ਜਾਂ ਸਹੀ ਹੋ ਗਿਆ, ਉਹ ਕਾਫੀ ਦੇਰ ਉਹ ਮਤਲਬ ਸਾਡੇ ਕੋਲ ਉੱਥੇ ਬਹਿੰਦੇ ਖਲੋਂਦੇ ਸੀਗੇ, ਮੈਨੂੰ ਇਸ ਨੂੰ ਪਤਾ ਹੀ ਹੈ ਕਿ ਮੈਂ ਡੰਗਰਾਂ ਕੋਲ ਪਾਣੀ ਡਾਉਣ ਜਾਂਦਾ ਸੀ, ਡੰਗਰਾਂ ਅਸੀਂ ਡੰਗਰ ਰੱਖੇ ਹੁੰਦੇ ਹਾਂ ਸਾਡਾ, ਅਸੀਂ ਧੋਬੀ ਵਾਲਾ ਕੰਮ ਨਹੀਂ ਸੀ ਨਾ ਸਾਡੇ ਕੋਲ, ਅਤੇ ਸਾਡੇ ਕੋਲ ਮਤਲਬ ਵਪਾਰ ਦਾ ਹੀ ਕੰਮ ਸੀ ਡੰਗਰਾਂ ਦਾ,